ਕਰਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਮਾਨਸਾ ਦਾ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਆਪੋ ਆਪਣੀਆਂ ਟੀਮਾਂ ਬਣਾ ਕੇ ਇਸ ਤੇ ਕਾਬੂ ਕਰਨ ਲਈ ਜੁਟਿਆ ਹੋਇਆ ਹੈ। ਪਰ ਪਿੰਡਾਂ ਵਿੱਚ ਕਿਤੇ ਵੀ ਅਜੇ ਦੇਖਣ ਨੂੰ ਚਹਿਲ ਪਹਿਲ ਜਿਹੜੀ ਬਹੁਤ ਘੱਟ ਮਿਲੀ ਹੈ। ਪਿੰਡਾਂ ਦੇ ਲੋਕਾਂ ਨੂੰ ਪੰਚਾਇਤਾਂ, ਨਗਰ ਪੰਚਾਇਤਾਂ, ਮੋਹਰੇ ਵਿਅਕਤੀ ਸਮਝਾਉਣ ਤਾਂ ਕਿ ਇਸ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਜਿਵੇਂ ਕਿ ਦਿਖਾਉਂਦਿਆਂ ਤੁਹਾਨੂੰ ਬਾਜੇ ਵਾਲਾ ਪਿੰਡ, ਜਿੱਥੇ ਛੋਟੇ ਬੱਚੇ ਅਜੇ ਵੀ ਘਰਾਂ ਤੋਂ ਬਾਹਰ ਫਿਰਦੇ ਨੇ। ਕੁਛ ਥਾਵਾਂ ਤੇ ਚਹਿਲ ਪਹਿਲ ਹੋ ਰਹੀ ਹੈ, ਲੇਕਿਨ ਵੈਸੇ ਧਾਰਮਿਕ ਸਥਾਨ ਵੀ ਜਿਹੜੇ ਬੰਦ ਕਰ ਦਿੱਤੇ ਗਏ ਨੇ, ਕੁਝ ਜਗ੍ਹਾ ਹਜੇ ਵੀ ਚਹਿਲ ਪਹਿਲ ਹੋ ਰਹੀ ਹੈ। ਸੋ ਜ਼ਰੂਰਤ ਹੈ ਸਾਨੂੰ ਇਸ ਨੂੰ ਅਸੀਂ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇ। ਆਓ ਦਿਖਾਉਂਦੇ ਹਾਂ ਤੁਹਾਨੂੰ ਪਿੰਡ ਬਾਜੇ ਵਾਲਾ ਕਿਸ ਤਰ੍ਹਾਂ ਦਾ ਉੱਥੇ ਜਿਹੜਾ ਹੈਗਾ ਮਾਹੌਲ। ਧੰਨਵਾਦ। ਤੁਹਾਨੂੰ ਪਤਾ ਨਹੀਂ ਗਵਰਨਮੈਂਟ ਵੱਲੋਂ ਕਰਫਿਊ ਦਾ ਹੋਇਆ ਹੋਇਆ ਦੱਸੋ ਕਿਹੜੀ ਬੈਠੇ ਹੋ ਤੁਸੀਂ ਡਿਸਪੈਂਸਰੀ ਚ? ਕਿੱਥੋਂ ਦੀ ਡਿਸਪੈਂਸਰੀ ਹੈ? ਮੈਂ ਬਾਜੇਵਾਲਾ ਜੀ। ਅੱਛਾ ਜੀ। ਬਾਜੇਵਾਲਾ ਡਿਸਪੈਂਸਰੀ ਓਪੀਡੀ ਨਹੀਂ ਕਰ ਰਹੀ। ਕੋਵਿਡ-19 ਗਰੁੱਪ ਦੇ ਵਿੱਚ ਮੇਰੀ ਆਰਆਰਟੀ ਟੀਮ ਦੇ ਵਿੱਚ ਆ, ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ, ਰਿਪੋਰਟਿੰਗ ਕਰ ਰਹੇ ਹਾਂ ਤੇ ਹੁਣ ਅਸੀਂ ਜਾ ਹੀ ਰਹੇ ਹਾਂ ਉਧਰ ਰਿਪੋਰਟ ਕਲੈਕਟ ਕਰਨ ਵਾਸਤੇ। ਕੋਈ ਪਿੰਡ ਚੋਂ ਕੋਈ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਆ ਰਹੇ ਨੇ? ਨਹੀਂ ਤਾਂ ਫਿਲਹਾਲ ਨਹੀਂ। ਅੱਛਾ ਅੱਛਾ ਬਾਜੇਵਾਲਾ ਜ਼ਿਲ੍ਹੇ ਦੀ ਕੋਈ ਰਿਪੋਰਟ ਨਹੀਂ। ਸਭ ਠੀਕ ਠੀਕ ਹੈ, ਮਤਲਬ ਪੋਜ਼ਿਟਿਵ ਕੇਸ ਕੋਈ ਨਹੀਂ। ਅੱਛਾ, ਕੋਈ ਵਿਦੇਸ਼ ਤੋਂ ਕੋਈ ਨਹੀਂ ਆਇਆ ਇੱਥੇ? ਵਿਦੇਸ਼ ਤੋਂ ਅੰਡਰ ਸਾਡੇ ਨਿਗਰਾਨੀ ਹੇਠ ਹੈ, ਆਪਣੇ ਬਾਜੇਵਾਲਾ ਵੀਰਵਾਲਾ ਦੇ ਵਿੱਚ ਸਾਡੇ ਕੋਈ ਨਹੀਂ ਹੈ। ਇੱਕ ਜਿਹੜੇ ਕੋਈ ਆਨੰਦਪੁਰ ਸਾਹਿਬ ਹੋਲਾ ਮਹੱਲਾ ਵਾਲੇ, ਇਹ ਡਿਊ ਹੋ ਗਏ ਉਹ? ਨਹੀਂ, ਉਹ ਜੀ ਅਨਾਊਂਸਮੈਂਟ ਕਰਵਾ ਰਹੇ ਹਾਂ, ਡੇਲੀ ਵੀ ਲੋਕ ਆ ਕੇ ਆਪਣੇ ਆਪ ਦੱਸਣ ਤੋਂ ਜ਼ਿਆਦਾ ਬੈਟਰ ਹੈ। ਉਹ ਅਨਾਊਂਸਮੈਂਟ ਅੱਜ ਵੀ ਹੋਈ ਹੈ।